بالله العلي العظيم. بسم الله الرحمن الرحيم. يا كاشف الكرب وجه الحسين، يكشف كربي بحق أخيك الحسين. يا باب الهوائج، يا حجاب أم المصائب، أدركني 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 في سبيل الله. اللهم صل على محمد وآل محمد وأجل فرج آل محمد. ہے دستور جو دفن تو پہلے، تیلی لاش تو اٹھ دی بہنے، اے بھی نہیں سنیا پچھے قاتل تو، میں بھی رد کرنا ہے اٹھی لاش پھرا تو جڑ کا جال کے، میں دی امال مسائے بسانے، اے آنکھ کے درو پہ شام دے پا، میں دی قسمت. اللہ تیرا ماتم قبول فرماوے. یار میں تو سمجھے تھک پہ ہوسے، دنیا دیکھا ہے غم جہائے تے وین کر کے نہ روے، دور دی پرنی بہن ہوے پتہ لگ ونجود بھرا مر گئے، ہاتھ دی رکھی ہو شین سلم ادھر ٹر پون دیئے، جدے پہ کشار وال پہ کے شہر آن دیئے، وے دیئے گھر دے دروازے بند نظر آن دیئے، پتہ لگ دس براد جنازہ قبرستان دور گئے، اسے دی قبرستان دور وے دیئے، لوگ وے دن آدن ہٹ ونیو رہ دیو، کیوں جنازے دیوار سا بھلاوی 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 سیدہ زینب جئی بہن. اللہ اکبر اللہ اکبر. سید جو ہوئے سیدہ زینب جئی بہن، حسین جے بھرا دلاش تکیمیں آئیے، ہے دستور جو دفن تو پہلے، نئی لاش تو اٹھ دی بہنے، اے بھی نہیں سنے آپ چھے قاتل تو، میں بھی رد کرنا ہے وین اٹھ لاش بھرا تو جڑ کا جال کے، میں دی امال مسائے بسانے، اے آنکھ کے ترو پہ شامن. الحمدللہ الحمدللہ. اللہ تیرا ماتم قبول فرماوے. اے رونا یا روانا نہ کہیں ذاکر در خمالے، نہ تو سمومنا دی محنت نتیجے، اے حسین دا موجود ہے جڑی پتر دے مکان جلن مجلس سے چاہ باندھی ہے، چاچا سائیں اکھا نہ روید پڑی ہے، او جک نہیں وے دی ہے آنکھ سوک نہیں وے دی ہے، جتے جا ملا سبہ وے دی ہے، آدھیا مکانیاں میں اجڑ گئیاں،
ਤਾਈ ਤਗਾਦ ਪੈ ਕਰੇ ਨਾ ਕਰਦੀ ਜਹਾਨ ਤੇ ਬਹੁ ਭੈਣੀ ਦੇ ਤਾਇ ਹੋ ਸਿਲ ਕਤਾਲ ਫਿਰਾਏ ਇੱਕ ਭੈਣ ਤਾਂ ਦੱਸ ਜਿਹੜੀ ਲਾਸ਼ ਫਿਰਾ ਤੇ ਆਏ ਹੋਵੇ ਰਸੀਆਂ ਮੁਕੱਦਾਰ ਹੁਸੈਨ ਦੀਆਂ ਭੈਣਾਂ ਦੇ ਜਿੱਥੇ ਰੇਤ ਤੇ ਚੰਨ ਜ਼ਹਰਾ ਚੁੱਪ ਕਰਕੇ ਟੁਰ ਪਈਆਂ ਸ਼ਾਮ ਦੇ ਪਾਸ ਪਸ ਗਰਦਨ ਹੱਥ ਦੁਨੀਆਂ ਦੇ ਕਹਿ ਗਮ ਜਹਾਏ ਤੇ ਵਹਿਣ ਕਰਕੇ ਨਾ ਰੋਵੇਂ ਬੜੀ ਮਕਬੂਲ ਰੂਹਾਨੀ ਅਥਲ ਮਜਲਿਸ ਤੇਰੇ ਛੇਵਾਂ ਇਮਾਮ ਫਰਮੈਂਦੇ ਪੂਰੀ ਜ਼ਿੰਦਗੀ ਹੈ ਜਿਹੜੀ ਦੁਆ ਕਬੂਲ ਹੁੰਦੀ ਪਈ ਹੋਵੇ ਜਦੋਂ ਗਿਰੀਓ ਹੋਵੇ ਬੋਲੰਦ ਉਹ ਦੁਆ ਸਾਹਮਣੇ ਰੱਖ ਬੈਠੇ ਕਰੋ ਯਕੀਨਨ ਕਬੂਲੀਅਤ ਦੁਆ ਦਾ ਵਕਤ ਹੈ ਉਹ ਇਬਾਦਤ ਕਬੂਲ ਨਹੀਂ ਹੁੰਦੀ ਜਿਹਦੇ ਬਾਅਦ ਦੁਆ ਨਾ ਮੰਗੀ ਜਾਏ ਸਾਰਾ ਦਿਨ ਇਬਾਦਤ ਕੀਤੀ ਨੇ ਮਸਹਿਬ ਦਾ ਪਹਿਲਾ ਲਸ ਪਿਆ ਦਾਂ ਅੱਛਾ ਮਿੰਬਰ ਹੁਸੈਨ ਤੇ ਖੜਾ ਜਿਹੜਾ ਮਿੱਟੀਆਂ ਤੇ ਬਹਿ ਕੇ ਧੀਆਂ ਭੈਣਾਂ ਨਾਲ ਲਾ ਕੇ ਉੱਚੇ ਉੱਚੇ ਵਹਿਣ ਕਰਕੇ ਰੋਂਦਾ ਇਸ ਰੋਣ ਦਾ ਪਤਾ ਤੁਹਾਨੂੰ ਕਬਰ ਚ ਲੱਗ ਸਕਦਾ ਉਲਮਾ ਫਰਮੈਂਦੇ ਨੇ ਜਦੋਂ ਮੋਮਿਨ ਮਰਦ ਹੈ ਸਭ ਤੋਂ ਪਹਿਲੇ ਨਬੀਆਂ ਦਾ ਸੁਲਤਾਨ ਆ ਕਹਿਦਾ ਮੁਬਾਰਕ ਹੋਵੇ ਮੈਂ ਮੁਹੰਮਦ ਤੇਰੀ ਸ਼ਿਫਾਤ ਵਸਤਿਆ ਇਹਦੇ ਬਾਅਦ ਮੇਰਾ ਮੁਰਸ਼ਿਦ ਅਲੀ ਆ ਕਹਿਦਾ ਮੋਮਿਨ ਮੁਬਾਰਕ ਹੋਵੇ ਮੈਂ ਅਲੀ ਵੀ ਤੇਰੀ ਸ਼ਿਫਾਤ ਵਾਸਤੇ ਆ ਗਿਆ ਆਕਾ ਦਰ ਬੰਦੇ ਲਿਖਦੇ ਨੇ ਜਦੋਂ ਮੈਂ ਪਲਟ ਕੇ ਵਹਿ ਦਿਨ ਕੌਣ ਹੈ ਹੁਸੈਨ ਦੀ ਮਾਂ ਹੈ ਇੱਕ ਹੱਥ ਪਾ ਰੋਂਦੀ ਆਉਂਦੀ ਹੈ ਟੁਰਦੀ ਆਉਂਦੀ ਹੈ ਅਲੀ ਆਦਨ ਧੀ ਮੁਹੰਮਦ ਦੀ ਦੋ ਜੋ ਆ ਗਿਆ ਮਰਹਬਾ 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 ਅੱਲਾ ਤੇਰਾ ਮਾਤਮ ਕਬੂਲ ਫਰਮਾਵੇ ਅਜਰ ਤਾਂ ਮੁਹੰਮਦ ਦੀ ਧੀ ਦੇ ਸਕਦੀ ਹੈ ਨਾ ਦੋ ਜੋ ਆ ਗਿਆ ਤੇਰੀ ਸ਼ਿਫਾਤ ਵਾਸਤੇ ਤੁਸੀਂ ਕਿਉਂ ਆਇਓ ਮੇਰੀ ਸੈਨਾ ਦੀ ਯਾ ਅਲੀ ਇਸ ਮੋਮਿਨ ਦੇ ਮੇਰੇ ਤੇ ਵੱਡੇ ਅਹਿਸਾਨ ਇਹ ਮਿੱਟੀਆਂ ਤੇ ਬਹਿ ਕੇ ਮੇਰੇ ਗਰੀਬ ਹੁਸੈਨ ਰੁਨੇ ਇਸ ਆਪਣੀ ਪਰਵਾਹ ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਿੱਥੇ ਪਤਾ ਲੱਗਿਆ ਇਸ ਮੇਰੇ ਹੁਸੈਨ ਦੀ ਮਜਲਿਸ ਦੀਆਂ ਭੈਣਾਂ ਨਾਲ ਲਾ ਕੇ ਤੁਰ ਪਏ ਅਜਰ ਤਾਂ ਮੁਹੰਮਦ ਦੀ ਧੀ ਦੇ ਸਕਦੀ ਹੈ ਜ਼ਮਾਨਾ ਪੁੱਛਿਆ ਅਸਾਂ ਦੱਸ ਗਿਆ ਦੀਆਂ ਭੈਣਾਂ ਨਾਲ ਲਾ ਕੇ ਮਿੱਟੀਆਂ ਤੇ ਬਹਿ ਕੇ ਰੋਂਦੇ ਈ ਵਸਦੇ ਹਾਂ ਭਾਈ ਸ਼ਹਿਬਾਜ਼ ਹੁਸੈਨ ਪੂਰੀ ਜ਼ਿੰਦਗੀ ਵਿੱਚ ਧੀਆਂ ਪੇਕਿਆਂ ਕੋਲ ਕੋਈ ਸ਼ਾ ਮੰਗੇ ਨਾ ਮੰਗੇ ਦੋ ਮੌਕਿਆਂ ਤੇ ਦੋ ਚੀਜ਼ਾਂ ਜ਼ਰੂਰ ਮੰਗਦੀਆਂ ਈਦ ਆਵੇ ਥੀ ਈਦ ਮੰਗਦੀ ਮੌਤ ਆਵੇ ਥੀ ਕਫਨ ਮੰਗਦੀ ਕਿ ਗੁਰਬਤ ਸੁਣਾਵਾ ਅਲੀ ਦੀਆਂ ਧੀਆਂ ਦੀ ਈਦ ਆਈ ਬਾਬਾ ਮਾਰਿਆ ਗਿਆ ਈਦ ਆਈ ਬਾਬਾ ਮਾਰਿਆ ਗਿਆ ਮੌਤ ਆਈ ਕਫਨ ਦੀ ਵਾਰੀ ਆਈ ਪੈ ਘਰ ਹਈ ਖੋਈ ਅਲਹਮਦੁਲਿਲਾ 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 ਦੁਨੀਆਂ ਦੇ ਕਹਿ ਗਮ ਜਹਾਏ ਤੇ ਵਹਿਣੀ ਕਰਕੇ ਨਾ ਰੋਵੇ ਮਾਂ ਪਿਓ ਨੂੰ ਨਸੀਬ ਹੋਵੋ ਕਦਾ ਮਿੱਟ ਸਕਦੀ ਹੈ ਕੌਮ ਜਿਸ ਕੌਮ ਦੇ ਬੱਚਿਆਂ ਦੀ ਇਹ ਹਾਲਤ ਹੋਵੇ ਬਿਰਾ ਦੀ ਲਾਸ਼ ਤੇ ਆਈਏ ਰੁੱਤ ਦੇ ਹੱਥਾਂ ਨਾਲ ਪੱਥਰ ਤੇ ਤੀਰ ਹਟਾਏ ਦੁਆ ਮੰਗੋ ਕੋਈ ਬਹਿਣ ਬਿਰਾ ਦੀ ਲਾਸ਼ ਤੇ ਉਵੇਂ ਨਾ ਜਿਵੇਂ ਅਲੀ ਦੀ ਧੀ ਆਈਏ ਅੱਛਾ ਮਿੰਬਰ ਹੁਸੈਨ ਤੇ ਖੜਾ ਪੂਰੀ ਦੁਨੀਆਂ 'ਚ ਪੂਰੇ ਮੁਲਕ 'ਚ ਇਹ ਮਜਲਿਸ ਸੁਣੀ ਜਾ ਰਹੀ ਹੈ ਇੱਕ ਪੈਗਾਮ ਦੇਣਾ ਚਾਹੁੰਦਾ ਉਹ ਜਸ਼ਨ ਆਮਦ ਰਸੂਲ ਮਨਾਉਣ ਵਾਲਾ ਹਜ਼ੂਰ ਨਾਲ ਅਗਰ ਅਕੀਦਤ ਰੱਖਦੇ ਅੱਲਾ ਤੇ ਕੋ ਅਕੀਦਤ ਨਸੀਬ ਕਰੇ ਪਰ ਮਿੰਬਰ ਹੁਸੈਨ ਤੇ ਖੜਾ ਸਦੀਆਂ ਤੋਂ ਸ਼ੀਆ ਕੌਮ ਦਾ ਵੀ ਇੱਕ ਇਹਤਜਾਜ ਜਾਰੀ ਹੈ ਤੇ ਕਿਆਮਤ ਤੱਕ ਜਾਰੀ ਰਹਿਣਾ ਕਿਸੇ ਦੀ ਦਿਲ ਆਜ਼ਾਰੀ ਵਾਸਤੇ ਨਹੀਂ ਜ਼ਮਾਨੇ ਕੋ ਹੱਕ ਨਜ਼ਰ ਆ ਵਜੇ ਹੱਕ ਢੂੰਡਣ ਵਾਸਤੇ ਫਕਤ ਇੱਕ ਜੁਮਲਾ ਹੀ ਕਾਫੀ ਹੈ ਨਾ ਝਗੜਿਆਂ ਦੀ ਜ਼ਰੂਰਤ ਹੈ ਨਾ ਮਨਾਜ਼ਰੇ ਦੀ ਜ਼ਰੂਰਤ ਹੈ ਅਕੀਦਤ ਚੋਂ ਰੱਖਦੇ ਜ਼ਹਰਾ ਦੇ ਬਾਬੇ ਨਾਲ ਹੱਕ ਢੂੰਡਣ ਵਾਸਤੇ ਫਕਤ ਇੱਕ ਜੁਮਲਾ ਹੀ ਕਾਫੀ ਹੈ ਕਦੀ ਘਰ ਬਹਿ ਕੇ ਸੋਚਿਆ ਹੀ ਜਨਾਜ਼ਾ ਮੁਹੰਮਦ ਹੋਵੇ ਬੰਦੇ ਸੱਤ ਹੋਵੇ ਹਰ ਬੰਦੇ ਤਵੱਜਾ ਹੀ ਨਹੀਂ ਕੀਤੀ ਗੱਲ ਸੋਚਣ ਵਾਲੀ ਹੈ ਨਬੀਆਂ ਦੇ ਸੁਲਤਾਨ ਦਾ ਜਨਾਜ਼ਾ ਹੋਵੇ ਉਹ ਲੱਖਾਂ ਦੀ ਤਾਦਾਦ ਹੋਵੇ ਉਹ ਵਸਦਾ ਮਦੀਨਾ ਹੋਵੇ ਬੰਦੇ ਸੱਤ ਹੋਵੇ ਜਿਹਦੀਆਂ ਤਾਜ਼ੀਮਾਂ ਵਾਸਤੇ ਨਬੀਆਂ ਦਾ ਸੁਲਤਾਨ ਖੜ ਖੜ ਵੈਂਦਾ ਹਾਂ ਜਨਾਜ਼ਾ ਮੁਹੰਮਦ ਦੀ ਧੀ ਜ਼ਹਰਾ ਦਾ ਹੋਵੇ ਬੰਦੇ ਨੌ ਹੋਵੇ ਨਾ ਜਨਾਜ਼ਾ ਹਸਨ ਦਾ ਹੋਵੇ ਕਫਰ ਦਾ ਮਰਹਬਾ ਮਰਹਬਾ ਭਲਾ ਹੋਵੇ ਭਲਾ ਹੋਵੇ ਭਲਾ ਹੋਵੇ ਗੱਲ ਸੋਚਣ ਵਾਲੀ ਹੈ ਨਾ
بس اعتداد دی کمی تیرے ذہن چا کے سجدہ وعدہ پہ کرے نہ تو حق دے قریب آوے سے جنازہ محمد ہوے بندے ساتھ ہوے جنازہ محمد دی زہرا دا ہوے بندے نو ہوے جنازہ حسن دا ہوے کفن دو ہوے جنازہ حسین دو چاون والا کوئی نہ ہوے پڑھن والے کوئی نہ ہوے روندے واسطے چادر سیدہ زینب دی ہوے نیزا شمر دا ہوے وان کر کے آکھیا بابا پترن زندگی ہوئی سونا ماتم کرے نہ بیٹھے انتظار ختم بھائی برا دی لاش تے آئیے بدھ ہتھ نال پتھر تے تیر ہٹائے برا دی لاش ظاہر ہوئی اس طرح قدم پچھا ہٹ گئی آدھی میں کوڑا سا اکبر دا بابا تو ہے مہر نبوہ دا سوار تو ہے اما زہرا دا جایا تو ہے ہول جی آواز ہے ہا بہن اوہ حسین میں برا دے کپے گل تے بوسا دتس برا دے موڈے چومے جے حسین تو اے بہن پہ پوچھ دیے سر کن گئی انگلی کن گئی آواز اے میں تو پوچھئی حسین تو اے میں کوئی دسا مدینے والی زینب تو اے بی بی ادے زینب میں آواز اے حسین میں تو پوچھئی سر کن گئی میں کوئی دسا تیری چادر کن گئی ہے چادر دا نام آیا دیا کیا دا ساوہ عباس دا قاتل ساڑیا خیمیا وچ بہن دیر کھڑوتا ریا آدھا ہون کن گیا ازامن پڑ دیا مرحبا کوشش کرے سو کوشش کرے سو ایک مکان ہو جا بھلو بھی دنیا دے کہیں غم جا ہائیتے وینی کر کے نہ روے لمبا سفرہ کربلا تو کوفہ پھر کوفہ تو شام تھوڑے جائے وقت ہے مسلمانہ تیہ کروائے علی دیا دھیاں تنو ہاتھ بھائی ناصر میں ایک ستر عز کی تھی لمبا سفرہ کربلا تو کوفہ پھر کوفہ تو شام تے تھوڑے جے وقت جو مسلمانہ تیہ کروائے علی دیا دھیاں تنو ہاتھوں ہر بندے نو اشارہ سمجھ ہی نہیں آیا پھر عرض کر دینا جتنی بھی با آرام سواری ہوئے دنیا دا دستور ہے ہمیشہ ماما بچے نو مضبوطی نال پکڑے ہو عجیب سفرہ علی دیاں دھیاں تے نوہاں دا ممبر حسین تے کڑا ماماں بچے نو نا نپی ہویا بلکہ بچیاں ماماں دے دامن مضبوطے نا نپی ہویا ہے مسلمان اٹھ سوڑا ہوئے نا بچے آکے نا اما ساڑے ہاتھ تھاک گئے اے اٹھ ہور دوڑا ہوئے نا بچے آکے نا اما ساڑے ہاتھ چھٹ دے پھر اے اٹھ ہور دوڑا ہوئے نا بچے آکے نا اما ساڑے ہاتھ چھٹ گئے کربلا دیا ماما توڑا اپنا حوصلہ ویکھے نا روے نا آکھے نا رب دے حوالے ماما ڈاڑیا مجبور اللہ اکبر اللہ اکبر اللہ اکبر ماما ڈاڑیا بھلوے 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 رب دے حوالے ماما ڈاڑیا مجبور آگئی ہے یقیناً میرے حصے دی عبادت ہو گئی ہے ہر چہرے تھی میری نگاہ ہے ہر اکوس دی پئی ہے خلوص نال میرے بھائیاں صفے ماتم مظلوم میں کربلا بچھائیے آ گئی ہے اتھے جتھے آون دے لائق نہیں سادات غیر سادات پچھلے زدار چادرہ تو ہٹ کٹ سو میں ایک دعا مگوے نا تو سا آمین اکسو توڑی اکھ دے سوست زامے نا گھروں آئے تا رومڑو نا شریف دیاں اتھے گھنوے نا جتھو نبی دینا ہوئے دعا منگو کہ پتر دنال ماں قید نہ ہوئے کہ پتر دنال ماں قید نہ ہوئے کہ بھرا نال بہنہ قید نہ ہوئے باکر دا بابا تیرا اپنا حوصلہ سجے وید ہے ماں کڑیاں پائی کھڑی ہے یہ کھپے وید ہے حسین دی زخمی کنہ والی دھی سکینہ ریک پیر چیندی رکھ دی ہے دعا چیندی رکھ دی آدھی سجاد بھرا میرے پیر آتے ورم آگیا صدقے میرے پیرہ تے ورہ ماں گہ رہا میرا بیمار بھرا آ گئے اتھے جتے آون دے لیک نائی تخت بے کے شراب پی کے آدھا بیٹھے میں باغی مرائے علی دی دی آدھی اما فضہ ہون پچھا ہٹوائیں سیدہ دی دائیے ساڑی تا سینے نا آدھی دی علی دی کیمی آدھی پچھے ہٹوائیں کیمیں ہٹا سامنے لوگ شراب پہ پین بی بی آدھی اممہ سن دی پہی آدھا بیٹھے میں باغی مرایا ایو گل دسن تا میں شام آئیا نہیں تا میں زینب کو جا شرابی دا دربار کو جا بوانے علی خطبہ سناونے علی دی دیدہ جس خطبہ نل بڑی ہے فاتح شام یزید دا اصلی چیرہ آگے زمانے دے سامنے باب علی دے لہجے جبولی ہے
ਬਾਬੇ ਦੇ ਲਹਿਜੇ 'ਚ ਕਿਉਂ ਬੋਲੀਏ? ਜ਼ਮਾਨੇ ਦਾ ਸਾਹ ਛੋੜਿਆ ਸੀ, ਨਹੀਂ ਸੁਝਾਤਾ ਤਾਂ ਨਾਨੇ ਦੀ ਉਮਤ। ਅੱਲਾ ਤਾਂ ਸਾਡੇ ਲਹਿਜੇ ਦਾ ਵੀ ਪਰਦਾ ਰੱਖੇ। ਖੁਤਬਾ ਸੁਣਾਵਾਂ ਅਲੀ ਦੀ ਧੀ ਦਾ, ਜਿਸ ਖੁਤਬੇ ਨਾਲ ਬਣੀਏ ਫਾਤਿਹ ਸ਼ਾਮ। ਪੜ੍ਹੇ ਲਿਖੇ ਚਿਹਰੇ ਮੇਰੇ ਸਾਹਮਣੇ ਤਸ਼ਰੀਫ ਫਰਮਾਏ। ਸਾਈਂ ਜੀ, ਖੁਤਬੇ ਦਾ ਉਸੂਲ ਹੈ, ਪਹਿਲੇ ਅੱਲਾ ਦੀ ਵਾਹਦਾਨੀਅਤ ਬਿਆਨ ਕੀਤੀ ਸੀ, ਵੱਤ ਨਾਨੇ ਦੀ ਰਸਾਲਤ ਬਿਆਨ ਕੀਤੀ ਸੀ, ਵੱਤ ਬਾਬੇ ਅਲੀ ਦੀ ਵਿਲਾਇਤ ਬਿਆਨ ਕਰਕੇ ਨਾ ਖੁਤਬੇ ਦੀ ਅਹਿਮੀਅਤ ਦਾ ਪਤਾ ਤਾਂ ਲੱਗ ਸੀ। ਇੱਕ ਗੱਲ ਜ਼ਿਹਨ 'ਚ ਰੱਖ ਸੇ, ਕੌਣ ਖੁਤਬਾ ਖੜੀ ਪੜਦੀ ਹੈ ਜਿਹੜੀ ਬਾਬੇ ਦੇ ਸਾਹਮਣੇ ਨਹੀਂ ਆਉਂਦੀ, ਨਾਨੇ ਦੇ ਰੋਜ਼ੇ 'ਤੇ ਅੱਧ ਰਾਤ ਲਵੈਂਦੀ ਹੈ, ਜਿਹਦੇ ਵੰਜਣ ਦੇ ਨਾਲ ਅਲੀ ਨਬੀ ਦੀ ਗਲੀ ਦੇ ਚਿਰਾਗ ਬੁਝਾ ਦਿੰਦਾ ਹੈ, ਉਹ ਕੌਨੈਨ ਦੀ ਮਲਕਾ ਖੁਤਬਾ ਖੜੀ ਪੜਦੀ ਹੈ? ਕਿੱਥੇ ਸ਼ਰਾਬੀ ਦੇ ਦਰਬਾਰ ਹੈ? ਭਲਾ ਹੋਏ, ਭਲਾ ਹੋਏ। ਅੱਲਾ ਦੀ ਵਾਹਦਾਨੀਅਤ ਬਿਆਨ ਕੀਤੀ ਸੀ, ਨਾਨੇ ਦੀ ਰਸਾਲਤ ਬਿਆਨ ਕੀਤੀ ਸੀ, ਬਾਬੇ ਅਲੀ ਦੀ ਵਿਲਾਇਤ ਬਿਆਨ ਕਰਕੇ ਨਾ ਆਦੀ ਉਹ ਗੱਲ ਵੱਧ ਕਰ ਜਿਹੜੀ ਪਹਿਲੇ ਕੀਤੀ ਆਵੇ। ਆਦੇ ਨਬੀ ਕੋਈ ਨਾ ਮੈਂ ਬਾਗੀ ਮਰਾਏ, ਅਲੀ ਦੀਦੀ ਖੁਤਬਾ ਸ਼ੁਰੂ ਕੀਤਾ, ਉਹ ਦਰਬਾਰਾਂ ਲਿਓ, ਉਹ ਮੁਲਕਾਂ ਦੇ ਸਫੀਰੋਂ, ਸੁਣਦੇ ਪਏ ਹੋ? ਤਖ਼ਤ ਬਹਿ ਕੇ ਸ਼ਰਾਬ ਪੀ ਕੇ ਆਦਾ ਬੈਠੇ, ਮੈਂ ਬਾਗੀ ਮਰਾਏ, ਇਸ ਕੋਲ ਇਹ ਕੁਝ ਪੁੱਛ ਕੇ ਦਿਓ, ਜਿਹਦਾ ਕਲਮਾ ਪੜ੍ਹਦਾ ਉਹ ਇੱਦਾਂ ਨਾਂ ਹੈ ਜਾਂ ਮੈਂ ਜ਼ੈਨਬ ਦਾ ਨਾਂ ਹੈ? ਹਾਏ ਹਾਏ, ਹਾਏ ਹਾਏ। ਆਪਣੇ ਨਬੀ ਦੀਆਂ ਧੀਆਂ ਦੀਆਂ ਚਾਦਰਾਂ ਲਹਾ ਕੇ ਸ਼ਰਾਬ ਪੀ ਕੇ ਆਦਾ ਬੈਠਾ, ਮੈਂ ਬਾਗੀ ਮਰਾਏ। ਤਾਰੀਖਾ ਦੀਆਂ ਖੁਤਬਾ ਹੋਇਆ ਬੁਲੰਦ, ਵਹਿਣ ਦੇ ਬਿਲਕੁਲ ਕਰੀਬ ਆ ਗਿਆ, ਇੰਤਜ਼ਾਰ ਖਤਮ ਭਾਈ। ਖੁਤਬਾ ਹੋਇਆ ਬੁਲੰਦ, ਦਰਬਾਰ 'ਚ ਮੱਚੀ ਹਲਚਲ, ਤਾਰੀਖਾ ਦੀਏ ਸਫੀਰਾਂ ਕੁਰਸੀਆਂ ਛੋੜ ਦਿੱਤੀਆਂ, ਰੂਮ ਦਾ ਸਫੀਰ ਅੱਗਾਂ ਵੱਧ ਕਹਿ ਦਿਆ, ਉਹ ਕਮੀਨਾ ਧੋਖਾ ਦਿੱਤਾ ਹੀ, ਕਿਹੜਾ ਧੋਖਾ, ਤੂੰ ਤਾਂ ਆਦਮ, ਮੈਂ ਬਾਗੀ ਮਰਾਏ, ਇਹ ਤਾਂ ਆਪਣੇ ਨਬੀ ਦਾ ਘਰ ਬਰਬਾਦ ਕੀਤਾ, ਉਹ ਤੂੰ ਕਿਹੋ ਜਿਹੇ ਮੁਸਲਮਾਨ ਹੈ? ਸਾਡਾ ਨਬੀ ਈਸਾ, ਉਹਦਾ ਘੋੜਾ, ਘੋੜੇ ਦੇ ਸੋਮ, ਅਸਾਂ ਗਿਲਾਫ 'ਚ ਲਪੇਟ ਕੇ ਗਰਜੇ 'ਚ ਰੱਖੇ ਹੋਏ, ਅਸਾਂ ਇਬਾਦਤਾਂ ਨੂੰ ਕੁਰਬਤਾਂ ਨੂੰ ਵੰਜ ਕੇ ਸੁਮ ਚੁੰਮਦੇ ਹਾਂ, ਤੇਰਾ ਕੈਸਾ ਦੀਨ ਹੈ, ਉਹ ਤੇਰੇ ਸਾਹਮਣੇ ਤੇਰੇ ਨਬੀ ਦੀਆਂ ਧੀਆਂ ਜਾਂ ਖੜੀਆਂ, ਤੂੰ ਸ਼ਰਾਬ ਬੈਠਾ ਪੀਂਦਾ, ਉਹ ਛੋਟੀ ਬੱਚੀ ਆਦਿ ਖੜੀ ਹੈ, ਮੇਰੇ ਪੈਰਾਂ 'ਤੇ ਵਰਮ ਆ ਗਏ, ਮੇਰੇ ਪੈਰਾਂ 'ਤੇ ਵਰਮ ਆ ਗਏ। ਭਲਾ ਹੋਵੇ, ਭਲਾ ਹੋਵੇ, ਜਵਾਨੀਆਂ ਮਾਣੇ ਭੈਣਾਂ ਨੂੰ ਨਸੀਬ ਹੋਵੇ। ਤਾਰੀਖ ਆਦਿ ਖੁਤਬਾ ਬੁਲੰਦ, ਦਰਬਾਰ 'ਚ ਮੱਚੀ ਹਲਚਲ, ਘਬਰਾ ਗਏ, ਪਰੇਸ਼ਾਨ ਹੋ ਗਿਆ, ਮਬਹੂਤ ਹੋ ਗਏ, ਜਿਤਨੇ ਮੁਅਜ਼ਨ ਬੈਠੇ ਇਸ ਦਰਬਾਰ 'ਚ, ਆਦੇ ਦੇਰ ਨਾ ਕਰੋ, ਅਜ਼ਾਨ ਸ਼ੁਰੂ ਕਰੋ। ਮੁਅਜ਼ਨ ਆਦਿਨ ਹਯਾ ਨੇ ਵੀ ਆਂਦਾ, ਅਜ਼ਾਨ ਦਾ ਤਾਂ ਵਕਤ ਹੀ ਨਹੀਂ ਹੋਇਆ, ਆਦੇ ਭਾਵੇਂ ਵਕਤ ਨਹੀਂ ਹੋਇਆ, ਅਗਰ ਅਲੀ ਦੀ ਧੀ ਦਾ ਖੁਤਬਰਿਆ ਜਾਰੀ, ਮੇਰੀ ਮਿਹਨਤ ਵੈਸੀ ਬਰਬਾਦ, ਮੈਂ ਜਿੱਤੀ ਉਹ ਜੰਗ ਹਰ ਵੈਸਾ, ਤੁਸਾਂ ਮਰਦੋ ਉਹ ਮਸਤੂਰ ਹੈ, ਮੇਰਾ ਅਸਲੀ ਚਿਹਰਾ ਜ਼ਮਾਨੇ ਦੇ ਸਾਹਮਣੇ ਪਿਆਂਦਾ, ਤੁਸਾਂ ਅਜ਼ਾਨ ਸ਼ੁਰੂ ਕਰੇ ਸੋ, ਅਲੀ ਦੀ ਧੀ ਖਾਮੋਸ਼ ਹੋਵੇ ਸੀ, ਕਿਵੇਂ ਪੜ੍ਹਾਂ, ਕਿਵੇਂ ਬਰਦਾਸ਼ਤ ਕਰੇ ਸੋ। ਸ਼ਾਮ ਦੇ ਦਰਬਾਰ 'ਚ ਅਜ਼ਾਨਾਂ ਸ਼ੁਰੂ ਹੋਈਆਂ, ਆਵਾਜ਼ ਆਈ ਹੈ ਅੱਲਾਹੁ ਅਕਬਰ, ਮੈਡਾ ਇਮਾਮ ਅਦੇ ਤੇਰੀ ਕਿਬਰਿਆਈ ਵਾਸਤੇ ਰੱਤ ਵਧਾ ਰੋਣਾ, ਅਸ਼ਹਾਦ ਅੱਲਾ ਇਲਾਹਾ ਇਲਾਲਾ ਬੀਬੀ ਆਦੀ, ਤੇਰੀ ਸ਼ਹਾਦਤ ਵਾਸਤੇ ਚਾਦਰ ਲੋਟਾਈ ਵਧੀ, ਅਸ਼ਹਾਦ ਅੰਨਾ ਮੁਹੰਮਦ ਰਸੂਲ ਅੱਲਾ ਆਦੀ, ਨਾਨਾ ਮੁਬਾਰਕ ਹੋਈ, ਅਜ਼ਾਨਾਂ ਬਚ ਗਈਆਂ ਨੀਂਦੀਆਂ ਦਰਬਾਰੇ, ਅੱਲਾ ਤੇਰਾ ਮਾਤਮ ਕਬੂਲ ਫਰਮਾਵੇ, ਅਜ਼ਾਨਾਂ ਬਚ ਗਈਆਂ ਨੀ ਧੀਆਂ ਦਰਬਾਰੇ ਰੋਲ ਗਈਆਂ ਨੀ, ਬੀਬੀਆਂ ਦੇ ਉਹ ਦਰਬਾਰ ਲਿਓ, ਇਸ ਕੋਲ ਇਹ ਕੁਝ ਪੁੱਛ ਕੇ ਦੇਵੋ, ਜਿਹਦੀਆਂ ਅਜ਼ਾਨਾਂ ਪਿਆ ਦੇਵੇਂਦੇ ਉਹ ਇਹਦਾ ਨਾਂ ਹੈ ਜਾਂ ਮੈਂ ਜ਼ੈਨਬ ਦਾ ਨਾਂ ਹੈ? ਬੀਬੀਆਂ ਦੇ ਤੂੰ ਤਾਂ ਆਦਾ ਬੈਠਾ ਆਵੇ, ਮੈਂ ਜਿੱਤ ਗਿਆ ਹੁਸੈਨ ਹਾਰ ਗਿਆ, ਬਯਾਦ ਕਰ ਲੈਂਦਾ ਤੇ ਕਤਲ ਲਾਉਂਦਾ, ਹੁਣ ਦੱਸਾਂ ਜਿੱਤਿਆ ਕੌਣ ਹਰਿਆ ਕੌਣ? ਅਜ਼ਾਨ 'ਚ ਤੇਰੇ ਨਾਨੇ ਦਾ ਨਾਂ ਹੈ ਜਾਂ ਹੁਸੈਨ ਦੇ ਨਾਨੇ ਦਾ ਨਾਂ? ਅਜ਼ਾਨ ਹੁਸੈਨ ਦੇ ਨਾਂ, ਫਲਾਵੇ ਫਲਾ ਭਲੋਵੇ ਭਲੋਵੇ, ਦੁਨੀਆਂ ਦੇ ਕਹਿ ਗਮ ਜਹਾਏ ਤੇ ਵਹਿਣ ਕਰਕੇ ਰੋਵੇ, ਆਏ ਜ਼ਰੂਰ ਕੀਤੀ ਕਰੋ, ਸਗੀਰਾ ਕਬੀਰਾ ਗੁਨਾਹ ਮਾਫ ਹੋਵੇ, ਇੰਜ ਰੋਵੋ ਜ਼ਮਾਨੇ ਕੋ ਪਤਾ ਲੱਗ ਵਜੇ, ਮਿੱਟੀਆਂ ਤੇ ਬਹਿ ਕੇ ਉਹ ਰੋਂਦਾ ਹੈ ਜਿਹੜਾ ਹੁਸੈਨ ਦਾ ਕੁਛ ਲੱਗਦਾ ਹੈ। ਕੁਰਬਾਨ ਵੰਜਾ ਖੁਤਬਾ ਬੁਲੰਦ ਹੋਇਆ, ਇੱਕ ਅਲੀ ਮੌਲਾ ਦਾ ਸਾਹਬੀ ਹੈ, ਦੋ ਅੱਖਾਂ ਤੋਂ ਨਾ ਬੀਨਾ
ایک سو پائی دا موڈا ہلا کیا دے میرا آویں دلا دے میں علی دا صحابیہ خطبیں تو بول نہیں سنگدا اللہ دے نا تیرا سا علی دے کیڑا پتر خطبیں دے دا کھڑے سو پایا دے شکر کر رکھا کوئی نو آج اکا ہونی آئی دربار چمار ونجا تڑپ گیا دے یار میرا آویں دلا دے جدا علی کل اکا منگی آئی یہ گل میرا مرشد علی کردا نجف دا والی آدھا ہاں شکر کرے سے میری اکھاں کوئی رہے یار میرا ہاں وین دلان دے آج اکھاں ہوئے نا علی دے پتران دی زیارت کرا آدھے نا علی اے نا علی دے کوئی پتر علی دی وٹی دی زینب او شرابی دا دربار او بے غیرت بھلاوے 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 نا علی ہے نا علی دا کوئی پتر ہے علی دی وڈی تھی زینب اچھا جی روے تے جڑی گیا ہے روندا ہویا دیوار ٹکرا مریندا ہویا علی مولا دا صحابی گھر ہے منظر نہ چکے جڑے ماتمی بیٹھے حسین دی دعا دا اثر دیوار ٹکرا مریندا ہویا علی مولا دا صحابی گھر ہے سر زخمی ہے پہچانی زخمی ہے سینہ زخمی ہے زخمی حالت گھر ہے محمد مصطفیٰ دا صحابی دی گواد کیا دے بابا جتے کمر ہے کو پت کوئی نہ تو محمد مصطفیٰ دا صحابی ہے آدھے میری دی گل بعد کرے ہن جیواں دا فائدہ کوئی نہیں تلوار میں کوندے میرے بازو چناب کے شرابی دے دربار گھنوائے آج یہ بابا کیوے گلا پہ کرے میں زینب دی کنیزہ او شرابی دے دربار آدھے نہ آپ رو نہ میں کروا دربار چا زینب آئی کھڑیے گھن نہ بھر جایا نالے اوندہ بور کا کوئی ماتم کر کر انہیں کرو جو علی دیا دیا یاد احرار واہ سید واہ سید اللہ تیرا ماتم قبول فرماوے نوکر نوکر اندر بار چزنب آئی کھڑیے گھن نو بھر جایا نالے اندہ بور کا کوئی صدقے اچھا روح ہے تو دل پانی کی آئی میں تا ممبر چھوڑے دا پیا ہے دی بازو چناب کے شرابی دے دربار کھنائی آج یہ بابا عجیب رنگ دے کہہ دن ہے کہ ایو جی ہے کہہ دیئے اکھا چو رات پئی وہمی ہے اے کہ ایو جی ہے کہہ دیئے کمر جھکی ہوئی ہے بھلاوی بھلاوی ہم آدم کر کے رونا اللہ تیرا آدم قبول فرماوے نوکار اے کہ ایو جی ہے کہہ دیئے جو رات ہوئی میری دھیوں سے قیدی دے کول گھنوائی آدھے بندہ خدا میرا ہاویں دلان دے میں علی دے صحابیاں اللہ دے نات دے ساکین دے پتر آوالا یہ چاچا حسین دے پتر سجادہ سجادہ نام آئے آدھے کیویں منہ میری دھی پیا دے تیری کمر جھکی ہوئی ہے تیری اکھا چورا دے پیوان دی ہے تو تترے بھی سالہ دے کریل جوان ہوئے اللہ دے نات دے ساجے تو سجادے دہڑی چٹی کیوں ہو گئی آدھے اللہ دے نات دے ساجے تو سجادے کمر کیوں جھک گئی ہے آدھے چاچا کیا دسوا میڈی اکبر کمر اتر روڑ کی ہے میڈ تھی گئے چما نتبائے دربار دی پیشی پپیاں دیوا گئے جگر سب ہلاوے ہلاوے کوشش کیتی کرو ماتم کر کرو نہ کرو علی دیا دھیا دی سنت پیر شباز یا سوال کار زندگی دراز ہوئی اللہ تیرا ماتم قبول فرماوے بہنا نو نصیب ہوئے قربان ونیا میڈی اکبر کمار تروڑ گیا میڈ تھی گئے چما نتبائے دربار دی پیشی آئے وہ پھپیاں دیوان گئے جگر سجاد
जेड़े मातमी बैठे हो आते मैं बन गया बिरा कमर दा जोर होने अल्लाह दे ना दे दसा अखा चुरात क्यों पई वहांदी गई आते क्या दसा वा निठी मां तुरदी बेगैरत विच आ गई ए दहाड़ी रंग बदलाए पिछे ज़ैनब है माता ਦਿੱਠੀ ਮਾਂ ਤੁਰਦੀ ਬੇਗਰਤਾ ਵਿੱਚ ਆ ਗਈ ਭਲਾ ਹੋਏ ਭਲਾ ਹੋਏ ਕਰਬਲਾ ਨੂੰ ਬੁਲਾ ਦਿੱਤੀ ਹੌਲਾ ਤੇਰਾ ਮਾਤਮ ਕਬੂਲ ਫਰਮਾਵੇ ਨੌਕਰ ਨੌਕਰ ਮੈਂ ਕੋਈ ਥੱਕਦਾ ਪਿਆ ਜਿਹੜੇ ਗਾ ਜ਼ਿੰਦਗੀ ਦਰਾਜ਼ ਹੋਵੇ ਜ਼ਿੰਦਗੀ ਦਰਾਜ਼ ਹੋਵੇ ਜਿਹੜੇ ਗਾਜ਼ੀ ਦੇ ਮੁਰੀਦ ਬੈਠੋ अच्छा ये कुजा धरा सा मेरा भाई आदा इस तू वड्डा मसाब के बरसे डिठी मां तुरदी बेगैरत विच गई ए दाड़ी रंग बदलाए पिछे ज़ैनब सदके 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 कि जड़े गाजी दे मुरीद बैठे हो जद पता लगे अली दी परदे वाली धी ते फासिक फाजर दा दरबार आ गई उच्चर ने अली दा सहाबी जितने भी फिरानी वड्डे बहादरानी मैं तेरे सारे फिरावा को जानदा तू जो शराबी दे दरबार आ गई कै फिरा दा ना पुछदा अल्लाह दे ना ते दसा ओ किन गया है जिथिया उंगल वाह भाई वाह भाई वाह सदके अल्लाह तेरा माता बिस्मिल्लाह बिस्मिल्लाह नौकरी है नौकरी अभी पिया थी है मैडम मुख गए ओ फिर आवांदे जो तो शाम गरीब आ गई मैडम गाजी लहगा शर्म करके न रोवे रोवे ते जुड़ी गई है बीबी आती है मेरे मुख गए मार सदके 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 फाते शामे वाह भाई वाह बहन नु नसीब होए मेरा फिरा आदे पिछला बैठ सुनवा आधे डिठी मां तुरदी बेगार तविच गई दहाड़ी रंग बदलाए पिछे ज़ैनब है उन बुर का मरहबा मरहबा सदके माँ प्यो नसीब होवे कदम मिट सकदी है कौम जिस कौम दे बच्चियां दी हालत होवे फाते शाम शाम फतह कीती है असली चेहरा यज़ीद दा ज़माने दे सामने आ गई है लानता पौनियां शुरू हो गई है पहले बैठा हा वो तो खड़ा हो क्या दी अली दी तू जित गई मैं हार गया पर समय नहीं पयांदी अपनी जिंदगी विच बड़े बड़े बहादुर मरा जिठे मैं सुनया तेरे पुत्तर ही मारे गए तेरी नस्ल ही मुक गई है बिरा सत्तर कदमा ते कुस्ता वे दिरिया वे या कोई पुछदा पिया करबला तू खिन के शाम दे दरबार तक दुख वड्डे वड्डे डिठनी सब तू औखा वेला तेरे ते केड़ा है बीबिया दे ओ कुत्ता जे पुछदा है अकबर दी परछी नालों भी ज्यादा अब्बास ने बाजुआ नालों भी ज्यादा हुसैन दिया तेरा जरबा नालों भी ज्यादा यो घर पैठा दिया मैं ज़ैनब तू शराबी है बीबी आती है आ मौत वे दी उठी के मातम कर जिवें अली दिया धीया चांदिया बीबी आती है आ मौत वे दी मैं उजड़ी को तेरे नाल नमो लाना पौंदा मैडे तरज कमत मौत में उस्ताद बिस्मिल्लाह बिस्मिल्लाह आ मौत वंदी मैं उजड़ी को ਤੇਰੇ ਨਾਲ ਨਾ ਬੋਲਣ ਪਾਉਂਦਾ ਮੈਂ ਦੇ ਤਰਜ਼ ਕਲਾ ਬੰਦੇ ਸੋਣਾ ਨਿੱਕੀ ਤੇ ਗਿਆ ਬਾਬਾ ਜਗ ਤੋਂ ਲੋਹ ਦਾ ਬੀਬੀਆਂ ਦੇ ਕਿਵੇਂ ਨਾ ਚਾਹੀ
زہرا یا زہرا ماتم